ਤਾਂ ਖਾਲਸ ਟੀਵੀ ਦੇਖ ਰਹੇ ਹੋ, ਮੈਂ ਰਾਹੁਲ ਕਾਲਾ, ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ। ਅੰਦਾਜ਼ਿਆਂ ਦੇ ਨਾਲ ਕਿਸੇ ਦੀ ਹਸਤੀ ਨਾ ਮਾਪੋ, ਕੋਈ ਆਪਣੇ ਅੰਦਰ ਕੀ ਸਾਂਭੀ ਬੈਠਾ ਹੈ ਅਸੀਂ ਨਹੀਂ ਜਾਣਦੇ। ਹੁਣ ਨਜ਼ਰ ਮਾਰਦੇ ਹੈਡਲਾਈਨਸ ਤੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ, ਜਲੰਧਰ ਤੋਂ ਇਕਲੌਤੇ MP ਸੁਸ਼ੀਲ ਰਿੰਕੂ BJP 'ਚ ਸ਼ਾਮਲ। ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ਦੇ ਵਿੱਚ ਆਏ। ਸੁਸ਼ੀਲ ਰਿੰਕੂ ਨੇ ਕਿਹਾ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੇਰੇ ਹਲਕੇ ਦੇ ਵਿੱਚ ਕੋਈ ਵਿਕਾਸ ਕਾਰਜ ਨਹੀਂ ਕੀਤਾ, ਗਲੀਆਂ ਨਾਲੀਆਂ ਸੜਕਾਂ ਟੁੱਟੀਆਂ। ਮੋਦੀ ਤੇ ਅਮਿਤ ਸ਼ਾਹ ਦੇ ਕੰਮ ਦੇਖ ਕੇ ਹੋਇਆ ਪ੍ਰਭਾਵਿਤ, ਕੇਂਦਰ ਤੋਂ ਫੰਡ ਲੈ ਕੇ ਜਲੰਧਰ 'ਚ ਲਗਾਵਾਂਗੇ, ਮੇਰੇ ਹਲਕੇ ਦੇ ਲੋਕ ਮੇਰੇ ਫੈਸਲੇ ਦਾ ਸਵੀਕਾਰ ਕਰਨਗੇ। ਸੁਸ਼ੀਲ ਰਿੰਕੂ ਦੇ BJP 'ਚ ਸ਼ਾਮਲ ਹੋਣ ਮਗਰੋਂ ਬੋਲੇ ਪ੍ਰਧਾਨ ਸੁਨੀਲ ਜਾਖੜ, ਕਿਹਾ, ਬਹੁਤ ਦੇਰ ਕਰਦੀ ਸਨਮ ਆਤੇ ਆਤੇ, ਮੈਂ ਅਤੇ ਰਿੰਕੂ ਨੇ ਕਾਂਗਰਸ 'ਚ ਇਕੱਠਿਆਂ ਕੰਮ ਕੀਤਾ, ਸਾਡੇ ਦੋਨਾਂ ਦੇ ਦਿਲ ਪਹਿਲਾਂ ਦੇ ਹੀ ਮਿਲਦੇ ਹੋਏ ਨੇ। BJP ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ, ਕਿਹਾ, ਓਪਰੇਸ਼ਨ ਲੋਟਸ ਦਾ ਮੁੱਦਾ ਵੀ ਚੁੱਕਾਂਗੇ, ਕਿਵੇਂ ਜਨਤਾ ਦੇ ਨਾਲ ਝੂਠ ਬੋਲਿਆ। BJP 'ਚ ਸ਼ਾਮਲ ਹੋਣ ਵਾਲੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਹੀ ਵਿਜੀਲੈਂਸ ਨੂੰ ਦਰਜ ਕਰਵਾਈ ਸੀ ਸ਼ਿਕਾਇਤ। ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਪਾਰਟੀ ਛੱਡਣ ਮਗਰੋਂ CM ਭਗਵੰਤ ਮਾਨ ਨੇ ਕੱਸਿਆ ਤੰਜ, ਕਿਹਾ, ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ, ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸੁਸ਼ੀਲ ਰਿੰਕੂ 'ਤੇ ਸਾਧਿਆ ਨਿਸ਼ਾਨਾ, ਕਿਹਾ, ਰਿੰਕੂ ਗੱਦਾਰ, ਪਾਰਟੀ ਨੇ ਟਿਕਟ ਦਿੱਤੀ, ਜਲੰਧਰ ਬਾਈ ਇਲੈਕਸ਼ਨ ਜਿਤਵਾਈ, ਕੇਜਰੀਵਾਲ ਭਗਵੰਤ ਮਾਨ ਨੇ ਪ੍ਰਚਾਰ ਕੀਤਾ ਅਤੇ ਰਿੰਕੂ ਕਰ ਗਿਆ ਗੱਦਾਰੀ, ਸ਼ੀਤਲ ਅੰਗੁਰਾਲ ਨੂੰ ਦੱਸਿਆ ਵਿਕਾਊ। ਆਮ ਆਦਮੀ ਪਾਰਟੀ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ BJP 'ਤੇ ਲਗਾਏ ਵੱਡੇ ਇਲਜ਼ਾਮ, ਕਿਹਾ, 25 ਕਰੋੜ ਰੁਪਏ ਦਾ ਦਿੱਤਾ ਮੈਨੂੰ ਆਫਰ। ਚੰਡੀਗੜ੍ਹ, ਮੋਹਾਲੀ ਸਮੇਤ 31 ਥਾਵਾਂ 'ਤੇ ED ਦਾ ਵੱਡਾ ਆਪਰੇਸ਼ਨ, IS ਅਫਸਰਾਂ ਸਣੇ ਕਈ ਵੱਡੇ ਅਧਿਕਾਰੀਆਂ ਦੇ ਘਰਾਂ 'ਤੇ ਕੀਤੀ ਛਾਪੇਮਾਰੀ, ਪ੍ਰੋਪਰਟੀ ਡੀਲਰਾਂ ਅਤੇ ਕਿਸਾਨਾਂ ਦੇ ਠਿਕਾਣੇ ਵੀ ਖੰਗਾਲੇ। ਸੂਤਰਾਂ ਦੇ ਮੁਤਾਬਕ ਅਮਰੂਦ ਘੁਟਾਲੇ ਮਾਮਲੇ 'ਚ ਹੋਈ ਕਾਰਵਾਈ। ਸ਼ਿਪਿੰਗ ਕੰਪਨੀ 'ਚ ED ਦੀ ਵੱਡੀ ਛਾਪੇਮਾਰੀ, ਰੇਡ ਦੇ ਦੌਰਾਨ ਵਾਸ਼ਿੰਗ ਮਸ਼ੀਨ 'ਚੋਂ ਮਿਲਿਆ ਕਰੋੜਾਂ ਦਾ ਕੈਸ਼, ਛਾਪੇਮਾਰੀ ਦੇ ਵਿੱਚ ਕੁੱਲ 2 ਕਰੋੜ 54 ਲੱਖ ਰੁਪਏ ਨਕਦੀ ਕੀਤੀ ਜ਼ਬਤ। ਚੰਡੀਗੜ੍ਹ ਦੇ ਵਿੱਚ ਫਾਰਮਾਸੂਟੀਕਲ ਕੰਪਨੀ 'ਤੇ ED ਦੀ ਕਾਰਵਾਈ, ਲਗਜ਼ਰੀ ਕਾਰ ਸਮੇਤ 82 ਕਰੋੜ 12 ਲੱਖ ਦੀ ਨਕਦੀ ਅਤੇ ਜਾਇਦਾਦ ਕੀਤੀ ਜ਼ਬਤ, 1600 ਕਰੋੜ ਦੀ ਬੈਂਕ ਧੋਖਾਧੜੀ ਦਾ ਮਾਮਲਾ। ਸ਼ੰਭੂ ਸਰਹੱਦ 'ਤੇ 60 ਸਾਲਾ ਕਿਸਾਨ ਸ਼ੇਰ ਸਿੰਘ ਦੀ ਹੋਈ ਮੌਤ, ਕਿਸਾਨ ਨੂੰ ਇਲਾਜ ਦੇ ਲਈ ਹਸਪਤਾਲ ਕਰਵਾਇਆ ਗਿਆ ਸੀ ਭਰਤੀ, 13 ਫਰਵਰੀ ਤੋਂ ਸ਼ੰਭੂ ਸਰਹੱਦ 'ਤੇ ਸੀ ਤੈਨਾਤ ਮ੍ਰਿਤਕ ਕਿਸਾਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਦੇ ਨਾਲ ਮੋਗਾ 'ਚ ਵਾਪਰਿਆ ਵੱਡਾ ਹਾਦਸਾ, ਸੰਗਤ ਦੇ ਨਾਲ ਭਰੀ ਮਹਿੰਦਰਾ ਪਿਕਅਪ ਸੜਕ ਕਿਨਾਰੇ ਪਲਟੀ, 12 ਤੋਂ ਵੱਧ ਲੋਕ ਹੋਏ ਜ਼ਖਮੀ, ਕਈਆਂ 'ਤੇ ਲੱਗੀਆਂ ਗੰਭੀਰ ਸੱਟਾਂ। ਜੰਮੂ ਕਸ਼ਮੀਰ ਦੇ ਵਿੱਚ ਗੁਰਦੁਆਰਾ ਮਹੰਤ ਸਾਹਿਬ ਦੇ ਬਾਹਰ ਹੋਇਆ ਧਮਾਕਾ, ਬਲਾਸਟ ਦੇ ਕਾਰਨ ਗੁਰੂ ਘਰ ਦੀਆਂ ਕੰਧਾਂ ਨੂੰ ਪਹੁੰਚਿਆ ਨੁਕਸਾਨ, CRPF ਫੌਜ ਦੇ ਜਵਾਨ ਮੌਕੇ 'ਤੇ ਪਹੁੰਚੇ, ਘਟਨਾ ਮਗਰੋਂ ਇਲਾਕੇ 'ਚ ਵਧਾਈ ਸੁਰੱਖਿਆ। ਸ਼੍ਰੀ ਗੰਗਾਨਗਰ ਦੇ ਵਿੱਚ ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ, ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ, ਸੂਰਜਵੀਰ ਸਿੰਘ ਉਮਰ 30 ਸਾਲ, ਉਸਦੀ ਪਤਨੀ ਮਨਦੀਪ ਕੌਰ 28 ਸਾਲ, ਮਾਂ ਕੁਲਦੀਪ ਕੌਰ ਅਤੇ ਭਤੀਜੀ ਵਾਣੀ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ, ਮ੍ਰਿਤਕ ਪੰਜਾਬ ਦੇ ਮੋਗਾ ਦੇ ਨਾਲ ਸਨ ਸੰਬੰਧਿਤ। ਅਯੋਧਿਆ ਦੇ ਰਾਮ ਮੰਦਰ ਤੋਂ ਆਈ ਵੱਡੀ ਖਬਰ, ਰਾਮ ਮੰਦਰ ਦੇ ਕੰਪਲੈਕਸ 'ਚ ਚੱਲੀ ਗੋਲੀ,
ਡਿਊਟੀ 'ਤੇ ਤੈਨਾਤ ਇੱਕ ਜਵਾਨ ਦੀ ਛਾਤੀ 'ਚ ਲੱਗੀ। ਜ਼ਖਮੀ ਨੂੰ ਲਖਨਊ ਦੇ ਟਰਾਮਾ ਸੈਂਟਰ ਦੇ ਵਿੱਚ ਕਰਵਾਇਆ ਗਿਆ ਭਰਤੀ। ਦਿੱਲੀ ਹਾਈ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ। ਅਦਾਲਤ ਦੇ ਵਿੱਚ ਅਗਲੀ ਸੁਣਵਾਈ ਹੁਣ 3 ਅਪ੍ਰੈਲ ਨੂੰ। ਈਡੀ ਨੂੰ 2 ਅਪ੍ਰੈਲ ਤੱਕ ਜਵਾਬ ਦਾਖਲ ਕਰਨ ਦੇ ਦਿੱਤੇ ਹੁਕਮ। ਗ੍ਰਿਫਤਾਰੀ ਅਤੇ ਈਡੀ ਦੇ ਰਿਮਾਂਡ ਦੇ ਖਿਲਾਫ ਕੇਜਰੀਵਾਲ ਨੇ ਪਾਈ ਸੀ ਪਟੀਸ਼ਨ। ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ। ਕਿਹਾ 28 ਮਾਰਚ ਨੂੰ ਕੇਜਰੀਵਾਲ ਅਦਾਲਤ ਦੇ ਵਿੱਚ ਦੱਸਣਗੇ ਕਿ ਕਥਿਤ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ। IPS ਸਦਾਨੰਦ ਵਸੰਤ ਹੋਣਗੇ NIA ਦੇ ਅਗਲੇ ਡਾਇਰੈਕਟਰ ਜਨਰਲ। ਮਹਾਰਾਸ਼ਟਰ ਕੇਡਰ ਦੇ IPS ਅਧਿਕਾਰੀ ਨੇ 31 ਮਾਰਚ ਨੂੰ ਰਿਟਾਇਰ ਹੋ ਰਹੇ ਨੇ ਮੌਜੂਦਾ DG ਦਿਨਕਰ ਗੁਪਤਾ। ਸ਼ੁਭਮਨ ਗਿੱਲ ਨੂੰ ਲੱਗਿਆ ਦੋਹਰਾ ਝਟਕਾ। ਗੁਜਰਾਤ ਟਾਈਟਨ ਦੀ ਹਾਰ ਮਗਰੋਂ ਲੱਗਿਆ 12 ਲੱਖ ਰੁਪਏ ਦਾ ਜੁਰਮਾਨਾ। ਘੱਟ ਓਵਰ ਰੇਟ ਰੱਖਣ ਦੇ ਲਈ ਲਗਾਇਆ ਜੁਰਮਾਨਾ। ਹੈਡਲਾਈਨਸ ਦੇ ਵਿੱਚ ਇੰਨਾ ਹੀ। ਵੀਡੀਓ ਇਜਾਜ਼ਤ ਧੰਨਵਾਦ।